गुड मॉर्निंग स्टूडेंट्स अ ਅੱਜ ਅਸੀਂ ਕਰਾਂਗੇ लेक्चर मेथड टीचिंग ऑफ सोशल स्टडी ਦੇ ਵਿੱਚ ਅਸੀਂ ਕਿਹੜੇ ਤਰ੍ਹਾਂ ਦੇ ਮੈਥਡ ਯੂਜ਼ ਕਰਦੇ ਆਂ ਔਰ ਉਹਨਾਂ ਮੈਥਡ ਦੇ ਵਿੱਚੋਂ ਇੱਕ ਲੈਕਚਰ ਮੈਥਡ ਵੀ ਆ ਜੋ ਕਿ ਬੋਸ ਮੋਸਟ ਇੰਪੋਰਟੈਂਟ ਹੈ ਮੈਕਸਮ ਸਾਡੇ एसएसटी ਔਰ ਹਿਸਟਰੀ ਦੇ ਟਾਪਿਕ ਹੁੰਦੇ ਜੋ ਅਸੀਂ ਲੈਕਚਰ ਮੈਥਡ ਦੇ ਨਾਲ ਹੀ ਡਿਲੀਵਰ ਕਰਦੇ ਆਂ ધ টারਮ ਲੈਕਚਰ ਮੈਥਡ ਹੈਜ਼ ਬੀਨ ਡਰਾਈਵਡ ਫ্রম ਦਾ ਲਾਟਿਨ ਵਰਡ ਲੈਕਚਰ ਇਹ ਲੈਕਚਰ ਲਾਟਿਨ ਵਰਡ ਤੋਂ ਨਿਕਲਿਆ ਹੋਇਆ ਆ ਐਂਡ ਜਿਸ ਦਾ ਮਤਲਬ ਹੈ ਟੂ ਰੀਡ ਅਲਾਊਡ ਉੱਚੀ ਉੱਚੀ ਬੋਲ ਕੇ ਪੜਨਾ ਔਰ ਲੈਕਚਰ ਮੈਥਡ ਇੱਕ ਤਰ੍ਹਾਂ ਦਾ ਟੀਚਿੰਗ ਪ੍ਰੋਸੀਜਰ ਹੈ ਜਿਹਦੇ ਵਿੱਚ ਕੁਝ ਐਕਸਪਲੇਨੇਸ਼ਨਸ ਆਫ ਦਾ ਫੈਕਟ ਹੁੰਦੇ ਆ ਕੁਝ ਪ੍ਰਿੰਸੀਪਲਸ ਹੁੰਦੇ ਆ ਐਂਡ ਕੁਝ ਅਸੀਂ ਉਹਦੇ ਵਿੱਚ ਡਿਸਕ੍ਰਿਪਸ਼ਨਸ ਦਿੰਨੇ ਆ ਕੁਝ ਨਰੇਸ਼ਨ ਕਰਦੇ ਆ ਔਰ ਲੈਕਚਰ ਮੈਥਡ ਨੂੰ ਮੋਸਟਲੀ ਅਪਲਾਈ ਕਰਨ ਲਈ ਅਸੀਂ ਤਿੰਨ ਟੈਕਨੀਕਸ ਅਪਣਾ ਅਪਣਾਣੀਆਂ ਥੈਟ ਇਜ਼ ਐਕਸਪਲੇਨੇਸ਼ਨ ਡਿਸਕ੍ਰਿਪਸ਼ਨ ਨਰੇਸ਼ਨ ਜਿਸ ਤਰ੍ਹਾਂ ਕਿ ਜੇਮਸ ਐਮ ਲੀਨ ਨੇ ਕਿਹਾ ਹੈ ਕਿ ਲੈਕਚਰ ਦਾ ਲੈਕਚਰ ਇਜ਼ ਐ pedagogical method where the teacher formally delivers a carefully planned expository address on some particular topic or a problem it's means ki jadon uh, explain karke onu dassya jave topic nu that is a lecture method aur ede vich assi narrate karde ha assi narrate karde ha narrate karke usnu present karde ha ਐਂਡ ਲੈਕਚਰ ਮੈਥਡ ਇੱਕ ਤਰ੍ਹਾਂ ਦੀ ਪ੍ਰੋਸੈਸ ਹੈ ਜਿਹੜੀ ਔਰਲ ਪ੍ਰੈਜੈਂਟੇਸ਼ਨ ਹੁੰਦੀ ਆ ਅਸੀਂ ਜੋ ਪ੍ਰੈਜ਼ੈਂਟ ਕਰਦੇ ਆ ਉਹਦੇ ਵਿੱਚ ਕੋਈ ਰਿਟਨ ਨਹੀਂ ਸਗੋਂ ਔਰਲ ਪ੍ਰੈਜ਼ੈਂਟੇਸ਼ਨਸ ਹੁੰਦੀ ਆ ਅਗਰ ਇਸ ਨੂੰ ਲੈਕਚਰ ਨੂੰ ਲਿਆ ਜਾਵੇ ਵਰਡ ਟੂ ਵਰਡ ਚੈੱਕ ਕੀਤਾ ਜਾਵੇ ਥੈਟ ਇਜ਼ ਅ ਲਾਈਵਲੀ ਇਟਸ ਮੀਨਸ ਡਾਇਰੈਕਟ ਉਸ ਦਾ ਲਾਈਵਲੀ প্রেਜੈਂਟੇਸ਼ਨ ਹੁੰਦੀ ਆ ਐਜੂਕੇਟਿਵ ਇਹਦੇ ਵਿੱਚ ਮੈਕਸਿਮਮ টিਚਰ ਦੇ ਆਪਣੀ ਐਕਸਪੀਰੀਅੰਸ ਐਂਡ ਬਹੁਤ ਸਰੀਆਂ ਬੁਕਸ ਤੇ ਮਟੀਰੀਅਲ ਮਿਕਸ ਅਪ ਹੁੰਦਾ ਆ ਕ੍ਰੀਏਟਿਵ ਔਰ ਹਰ ਇੱਕ ਲੈਕਚਰ ਮੈਥਡ ਨੂੰ ਅਸੀਂ ਜਦੋਂ ਪ੍ਰੈਜ਼েন্ট ਕਰਦੇ ਆ ਉਹਦੇ ਵਿੱਚ ਕੁਝ ਨਵੀਂ ਚੀਜ਼ ਐਡ ਕਰਨ ਦੀ ਕੋਸ਼ਿਸ਼ ਕਰਦੇ ਆ ਐਂਡ ਥੌਟ ਪ੍ਰੋਵੋਕਿੰਗ ਔਰ ਇਹਦੇ ਵਿੱਚ ਜੋ ਕੁਐਸਚਨਸ ਪੁੱਛੇ ਜਾਂਦੇ ਆ ਉਹ ਤੁਹਾਡੇ ਥੌਟ ਨੂੰ ਪ੍ਰੋਵੋਕ ਕਰਦਾ ਆ ਔਰ ਇਸ ਦਾ ਜੋ ਬੇਸਿਕ ਹੁੰਦਾ ਹੈ दैट इज द ਅੰਡਰਸਟੈਂਡਿੰਗ ਹੁੰਦਾ ਹੈ ਔਰ ਜਿੰਨਾ ਵੀ ਟਾਪਿਕ ਹੁੰਦਾ ਹੈ ਉਹਦੇ ਵਿੱਚ ਜਦੋਂ ਅਸੀਂ ਲੈਕਚਰਸ ਦੇ ਰਹੇ ਹੁੰਨੇ ਆ दैट इज ਰੈਲੇਵੈਂਟ ਹੁੰਦਾ ਹੈ ਔਰ ਇੰਜੋਏਅਬਲ ਹੋਣਾ ਚਾਹੀਦਾ ਹੈ ਔਰ ਜਦਕਿ ਦੇ ਵੀ ਤੁਸੀਂ ਲੈਕਚਰ ਮੈਥਡ ਬਾਰੇ ਸੋਚੋ ਕਿ ਲੈਕਚਰ ਮੈਥਡਸ ਵਿੱਚ ਅਜੇ ਟਾਪਿਕ ਕਰਵਾਉਣਾ ਹੈ ਤਾਂ ਉਸ ਤੇ ਲਈ ਪਹਿਲਾਂ ਪਲੈਨਿੰਗ ਕਰਨੀ ਬਹੁਤ ਜ਼ਰੂਰੀ ਆ ਵੈਸੇ ਤਾਂ ਹਰ ਇੱਕ ਟਾਪਿਕ ਜਦੋਂ ਤੁਸੀਂ ਕਲਾਸ 'ਚ ਜਾਣਾ ਹੈ ਤੇ ਕਲਾਸ 'ਚ ਜਾਣ ਤੋਂ ਪਹਿਲਾਂ ਉਸ ਟਾਪਿਕ ਨੂੰ ਪ੍ਰਪੇਅਰ ਹੋ ਕੇ ਜਾਓ ਕਿਉਂਕਿ ਅਗਰ ਬਿਫੋਰ ਹੈਂਡ ਤੁਸੀਂ ਪ੍ਰਪੇਅਰ ਹੋ ਤਾਂ ਤੁਹਾਡਾ ਤੁ ਕਿਸੇ ਵੀ ਤਰ੍ਹਾਂ ਦੇ ਕੁਐਸਚਨ ਬੱਚੇ ਪੁੱਛਦੇ ਆ ਤਾਂ ਤੁਹਾਨੂੰ ਉਹਨਾਂ ਕੁਐਸਚਨਸ ਦੇ ਆਨਸਰ ਦੇਣ ਦੀ ਪ੍ਰੋਬਲਮ ਨਹੀਂ ਆਏਗੀ ਅ ਤੁਸੀਂ ਕੀ ਕੀ ਤਿਆਰ ਕਰਨਾ ਹੈ ਪਲੈਨਿੰਗ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਹੂ ਇਜ਼ ਯੂਅਰ ਆਡੀਅנס ਮਤਲਬ ਤੁਹਾਡੇ ਬੱਚਿਆਂ ਦਾ ਏਜ ਲੈਵਲ ਕੀ ਆ ਉਹਨ ਦਾ IQ ਲੈਵਲ ਕੀ ਆ ਉਹ ਕਿਹੜੀ ਉਮਰ ਦੇ ਹਨ ਉਹਨ ਦੇ ਇੰਟਰਸਟ ਕਿੱਦਾਂ ਦੇ ਆ ਦੇ ਐਟੀਟਿਊਡ ਐਬਟੀਟਿਊਡ ਜਦੋਂ ਤੁਸੀਂ ਕਲਾਸ 'ਚ बार-बार ਜਾਂਦੇ ਹੋ ਤੇ ਇਹ ਸਭ ਚੀਜ਼ਾਂ ਸਾਨੂੰ ਪਤਾ ਲੱਗ ਜਾਂਦੀਆਂ ਐ ਐਂਡ వాਟ ਇਜ਼ ਅ ਪਰਪਸ ਆਫ ਯੂਅਰ ਲੈਕਚਰ ਲੈਕਚਰ ਕਿਉ ਦੇ ਰਹੇ ਹੋ ਤੁਸੀਂ ਔਰ ਟਾਪਿਕ ਜਿਹੜਾ ਤੁਸੀਂ ਕਰਵਾ ਰਹੇ ਹੋ ਉਸ ਦਾ ਕੀ ਬੈਨੀਫਿਟ ਹੈ ਔਰ ਕਿਉ ਉਹਨੂੰ ਦੇ ਰਹੇ ਹੋ ਹਾਊ ਮੱਚ ਟਾਈਮ ਇਜ਼ ਅਵੇਲੇਬਲ ਹਾਊ ਲੰਗ ਕੋਈ ਵੀ ਟਾਪਿਕ ਅਗਰ ਬਹੁਤ ਜ਼ਿਆਦਾ ਲੈਂਥੀ ਹੈ ਤਾਂ ਉਸ ਨੂੰ ਦੋ ਹਿੱਸਿਆਂ 'ਚ ਤਿੰਨ ਹਿੱਸਿਆਂ 'ਚ ਡਿਵਾਈਡ ਕਰ ਲਓ ਕਿਉਂਕਿ ਬਹੁਤੇ ਲੈਂਥੀ ਟਾਪਿਕ ਨੂੰ ਬੱਚੇ ਵੀ ਅੰਡਰਸਟੈਂਡਿੰਗ ਕਰ ਪਾਉਂਦੇ ਹੈਗੇ ਔਰ ਬਹੁਤ ਦਾ ਜ਼ਿਆਦਾ ਲੰਮਾ ਟਾਈਮਿੰਗ ਟਾਪਿਕ ਨੂੰ ਦਿੱਤਾ ਜਾਵੇ ਤਾਂ ਬੋਰਿੰਗ ਹੋਣ ਲੱਗ ਪੈਂਦਾ ਹੈ। ਤਾਂ ਇਟਸ ਜ਼ਰੂਰੀ ਹੈ ਕਿ ਇਹ ਚੈੱਕ ਕਰ ਲਓ ਕਿ ਤੁਸੀਂ ਜਿਹੜਾ ਲੈਕਚਰ ਕਰਵਾਣ ਜਾ ਰਹੇ ਹੋ ਕਿੰਨੇ ਟਾਈਮ ਦਾ ਹੈ। ਐਂਡ ਵਾਟ ਇਜ਼ ਦ ਸਬਜੈਕਟ ਮੈਟਰ? ਸਬਜੈਕਟ ਮੈਟਰ ਕੰਟੈਂਟ ਮਟੀਰੀਅਲ ਜੋ ਤੁਸੀਂ ਕੰਟੈਂਟ ਕਰਵਾਉਣ ਜਾ ਰਹੇ ਹੋ ਉਹ ਕਿਹੜਾ ਮਟੀਰੀਅਲ ਹੈ ਕਿ ਉਹ ਤੁਹਾਡੀ ਕਲਾਸ ਦੀ ਏਜ ਅਕੋਰਡਿੰਗਲੀ ਸੈਟੇਬਲ ਹੈ ਕਿ ਉਹ ਜੋ ਤੁਸੀਂ ਯੂਸਲੀ ਪਰਪਸ ਯੂਜ਼ ਕਰ ਰਹੇ ਹੋ ਉਹ ਉਸ ਨੂੰ ਫulfill ਕਰਦਾ ਹੈ ਕਿ ਜੋ ਤੁਹਾਨੂੰ ਟਾਈਮ ਟੇਬਲ ਇਸ ਸਬਜੈਕਟ ਮੈਟਰ ਲਈ ਮਿਲਿਆ ਆ ਉਹ ਸਫੀਸ਼ੀਐਂਟ ਹੈ ਇਹ ਚੀਜ਼ਾਂ ਸਾਰੀਆਂ ਹੀ ਧਿਆਨ ਚ ਰੱਖਣੀਆਂ ਬਹੁਤ ਜ਼ਰੂਰੀ ਆ ਜਦੋਂ ਤੁਸੀਂ ਲੈਕਚਰ ਮੈਥਡ ਲਈ ਪਲਾਨ ਹੋ ਰਹੇ ਹੁੰਦੇ ਹੋ ਜਾਂ ਤਿਆਰ ਕਰ ਰਹੇ ਹੁੰਦੇ ਹੋ ਲੈਕਚਰ ਡਿਲੀਵਰੀ ਇਹ ਕੁਝ ਬਹੁਤ ਇੰਪੋਰਟੈਂਟ ਥਿੰਗਸ ਹੈਗੇ ਜਿਹੜੀਆਂ ਧਿਆਨ ਚ ਰੱਖਣੀਆਂ ਬਹੁਤ ਜ਼ਰੂਰੀ ਹੈ ਕਿ ਲੈਕਚਰ ਜਿਹੜਾ ਤੁਸੀਂ ਡਿਲੀਵਰ ਦੇਣਾ ਹੈ ਤੇ ਉਹਦੇ ਵਿੱਚ ਕੀ ਕਿਹੜੀ ਕਿਹੜੀ ਚੀਜ਼ਾਂ ਦੀਆਂ ਦਾ ਫਰਸਟ ਅੰਦਰ ਸਪੀਕਰ ਯੂ ਆਰ ਸਪੀਕਰ ਆਪ ਹੋ ਤੁਸੀਂ ਸਪੀਕਰ ਹੋ ਐਂਡ ਆਡੀਅנס ਆਡੀਅנס ਤੁਹਾਡੀ ਸਟੂਡੈਂਟਸ ਹੈ ਐਂਡ ਬਾਡੀ ਮੂਵਮੈਂਟ ਤੁਹਾਡਾ ਖੜੇ ਹੋਣ ਦਾ ਤਰੀਕਾ ਫੇਸ਼ੀਅਲ ਐਕਸਪ੍ਰੈਸ਼ਨਸ ਜਦ ਕਦੇ ਤੁਹਾਡਾ ਕੋਈ ਟੌਪਿਕ ਦੇ ਵਿੱਚ ਕੁਝ ਵੈਰਾਈਟੀ ਆਂਦੀ ਹੈ ਕੋਈ ਚੀਜ਼ ਆਂਦੀ ਹੈ ਤਾਂ ਤੁਸੀਂ ਉਸ ਨੂੰ ਇੱਕ ਫੇਸ਼ੀਅਲ ਐਕਸਪ੍ਰੈਸ਼ਨ ਜਾਂ ਬਾਡੀ ਮੂਵਮੈਂਟ ਦੇ ਨਾਲ ਉਸ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਹੋ ਉਹ ਇੱਕ ਤਰ੍ਹਾਂ ਦਾ ਇਫੈਕਟ ਹੁੰਦਾ ਹੈ ਜੋ ਇੰਟਰਨਲ ਇਫੈਕਟ ਹੁੰਦਾ ਹੈ ਬਟ ਇਜ਼ ਅ ਸਾਹਮਣੇ ਵਾਲੇ ਨੂੰ ਵੀ ਉਹ ਇਫੈਕਟ ਕਰਦਾ ਹੈ ਹਮ ਤਾਂ ਫੇਸ ਫੇਸ਼ੀਅਲ ਐਕਸਪ੍ਰੈਸ਼ਨ ਆਲਸੋ ਬਹੁਤ ਇੰਪੋਰਟੈਂਟ ਹੈ ਗੈਸਚਰ ਤੁਹਾਡਾ ਕਿਸ ਤਰ੍ਹਾਂ ਦਾ ਹੈ ਤੁਹਾਡੀ ਵਾਇਸ ਲੋ ਹੈ ਹਾਈ ਹੈ ਕਿਉਂਕਿ ਸਪਿਚ ਨੂੰ ਮੋਸਟਲੀ ਸ਼ੋਅ ਕਰਨ ਦੇ ਲਈ ਹਾਈ ਐਂਡ ਲੋ ਵਾਇਸ ਯੂਜ਼ ਕਰਦੇ ਹਾਂ ਤੁਸੀਂ ਕਿੰਨੀ ਸਟਰੈਂਥ ਨਾਲ ਉਚਾਰ ਰਹੇ ਹੋ ਕਿੰਨਾ ਐਨਸਪੀਸ਼ਨ ਕਰ ਰਹੇ ਹੋ ਉਹਦੇ ਵਿੱਚ ਕਿੰਨੀ ਦੀ ਪ੍ਰੋਨਨਸੀਏਸ਼ਨ ਦੀ ਤੁਹਾਡੀ ਕਰੈਕਸ਼ਨ ਹੈ ਕਿੱਥੇ ਤੁਸੀਂ ਪ੍ਰੋਬਲਮ ਤੁਹਾਡੇ ਲਈ ਖੜੀ ਹੋ ਰਹੀ ਹੈ ਐਂਡ ਦ ਰੇਟ ਆਫ ਸਪੀਚ ਕਿੰਨੀ ਸਪੀਚ ਤੁਹਾਡੀ ਵੋਕੈਬਲਰੀ ਹਾਈ ਹੈ ਐਂਡ ਵੈਰਾਈਟੀ ਤੁਸੀਂ ਆਪਣੇ ਟਾਪਿਕ ਦੇ ਵਿੱਚ ਕਿੰਨੀ ਕੁ ਵੈਰਾਈਟੀ ਲੈ ਕੇ ਆਉਂਦੇ ਹੋ ਕਿਹੜੀ ਚੀਜ਼ ਨਵੀਂ ਐਡ ਕਰਦੇ ਹੋ ਕੋ ਬੱਚੇ ਉਸ ਨੂੰ ਸੁਣਨ ਪਾਉਜ਼ਸ ਪਾਉਜ਼ਸ ਬਹੁਤ ਜ਼ਰੂਰੀ ਹੁੰਦੇ ਆ ਜਦ ਕਦੀ ਇੱਕ ਟਾਪਿਕ ਦਾ ਕੁਝ ਇੱਕ ਪੋਰਸ਼ਨ ਬਹੁਤ ਇੰਪੋਰਟੈਂਟ ਮੋਸਟ ਇੰਪੋਰਟੈਂਟ ਪੋਰਸ਼ਨ ਕਰਵਾ ਕੇ ਸੌਰੀ ਮੋਸਟ ਇੰਪੋਰਟੈਂਟ ਟਾਪਿਕ ਦਾ ਕੋਈ ਪੋਰਸ਼ਨ ਕਰਵਾ ਕੇ ਹਟਦੇ ਹੋ ਉਸ ਨੂੰ ਕੰਪਲੀਟ ਕਰਨ ਤੋਂ ਬਾਅਦ ਇੱਕਦਮ ਉਸ ਤੋਂ ਬਾਅਦ ਸੈਕਿੰਡ ਉਸ ਦਾ ਪੁਆਇੰਟ ਸ਼ੁਰੂ ਨਹੀਂ ਕਰਨਾ ਚਾਹੀਦਾ ਉਸ ਲਈ ਪਾਜ਼ ਬਹੁਤ ਜ਼ਰੂਰੀ ਹੈ ਇਸ ਲਈ ਪਾਜ਼ਸ ਹੋਣਾ ਵੀ ਬਹੁਤ ਜ਼ਰੂਰੀ ਹੈ ਪਾਜ਼ ਨਾ ਕੀਆ ਡਿਫਰੈਂਸ਼ੀਏਟ ਹੋ ਜਾਂਦਾ ਹੈ ਕਿ ਇਹ ਜੋ ਟਾਪਿਕ ਹੈ ਦੂਸਰੇ ਤੋਂ ਕਿੰਨਾ ਕਿ ਡਿਫਰੈਂਟ ਹੈ ਐਡਵਾਂਟੇਜ ਲੈਕਚਰ ਮੈਥਡ ਤੁਸੀਂ ਦੇ ਰਹੇ ਹੋ ਇਸ ਦੇ ਕੀ ਕੀ ਐਡਵਾਂਟੇਜ ਹੋ ਸਕਦੇ ਆ ਕਿ ਇਸ ਦਾ ਤੁਹਾਨੂੰ ਫਾਇਦਾ ਹੋ ਸਕਦਾ ਹੈ ਫਸਟ ਇਫੈਕਚੁਅਲ ਇਨਫੋਰਮੇਸ਼ਨ ਲੈਕਚਰ ਮੈਥਡ ਜ਼ਿਆਦਾਤਰ ਫੈਕਚੁਅਲ ਜਾਂ ਫੈਕਟ ਦੇ ਉੱਪਰ ਡਿਪੈਂਡ ਹੁੰਦਾ ਆ ਇਹਦੇ ਵਿੱਚ ਸਿਰਫ ਫੈਕਟ ਇਨਫੋਰਮੇਸ਼ਨਸ ਦਿੱਤੀ ਜਾਂਦੀ ਆ ਔਰ ਕੋਸ਼ਿਸ਼ ਕੀਤਾ ਜਾਂਦਾ ਹੈ ਉਹੀ ਪੁਆਇੰਟਸ ਪਿਕ ਅਪ ਕੀਤੇ ਜਾਣ ਜੋ ਕਿ ਨੈਸੈਸਰੀ ਆ 유ਸਫੁਲ ਫਾਰ ਦਾ ਲਾਸਟ ਗੈਦਰਿੰਗ ਸਮ ਟਾਈਮਸ ਕੀ ਹੁੰਦਾ ਆ ਕਿ ਸਾਡੀਆਂ ਕਲਾਸਿਸ ਬਹੁਤ ਵੱਡੀਆਂ ਹੋ ਜਾਂਦੀਆਂ ਆ ਔਰ ਅਸੀਂ ਹਰ ਇੱਕ ਇੰਡੀਵਿਜੂਅਲ ਨੂੰ ਟਾਈਮ ਨਹੀਂ ਦੇ ਪਾਉਂਦੇ ਔਰ ਉਸ ਨੂੰ ਅਟੈਂਸ਼ਨ ਨਹੀਂ ਦੇ ਪਾਉਂਦੇ ਤਾਂ ਇਸ ਟਾਈਮ ਤੇ ਅਸੀਂ ਲੈਕਚਰ ਮੈਥਡ ਹੀ ਯੂਜ਼ ਕਰਦੇ ਹਾਂ ਕਿਉਂਕਿ ਜਦੋਂ ਸਾਡੀ ਗੈਦਰਿੰਗ ਆਡੀਅנס ਜ਼ਿਆਦਾ ਹੋ ਜਾਂਦੀ ਹੈ ਤਾਂ ਉਸ ਆਡੀਅנס ਨੂੰ ਸਾਰੀ ਆਡੀਅנס ਨੂੰ ਇੱਕ ਵੇਲੇ ਸਮਝਾਉਣ ਦੇ ਲਈ ਅਸੀਂ ਲੈਕਚਰ ਮੈਥਡ ਯੂਜ਼ ਕਰਦੇ ਹਾਂ ਕਾਸਟ ਇਫੈਕਟਿਵ ਆ ਕਾਸਟ ਦੇ ਤੌਰ ਤੇ ਕਿਹ ਚਾਵੇ ਤਾਂ ਜ਼ਿਆਦਾ ਇਫੈਕਟ ਨਹੀਂ ਕਰਦੀ ਹੈਗੀ ਕਾਸਟ ਕਾਸਟਲੀ ਨਹੀਂ ਹੈ ਕਿਉਂਕਿ ਬਸ ਇੱਕ ਐਕਸਪੀਰੀਅੰਸ ਟੀਚਰ ਚਾਹੀਦਾ ਹੈ ਜੋ ਉਸ ਨੂੰ ਇਫੈਕਟਿਵਲੀ ਪ੍ਰੈਜ਼ੈਂਟ ਕਰ ਸਕੇ ਉਸ ਦੇ ਫੈਕਟ ਨੂੰ ਪ੍ਰੈਜ਼ੈਂਟ ਕਰ ਸਕੇ ਉਸ ਦੇ ਜੋ ਤਿੰਨ ਪੁਆਇੰਟ ਹੈ ਐਕਸਪਲੇਨੇਸ਼ਨ ਡਿਸਕ੍ਰਿਪਸ਼ਨ ਐਂਡ ਨਰੇਸ਼ਨ ਐਕਚੁਅਲੀ ਇਹ ਤਿੰਨਾਂ ਤੇ ਹੀ ਇਹ ਤਿੰਨ ਇਹਦੀਆਂ ਟੈਕਨੀਕਸ ਹੈ ਇਹਦੇ ਅੰਦਰ ਪਾਰਟਸ ਹੈ ਕਿ ਉਹ ਐਕਸਪਲੇਨ ਅੱਛੀ ਤਰ੍ਹਾਂ ਕਰ ਦਵੇ ਜੋ ਪੁਆਇੰਟ ਨੂੰ ਫੜਿਆ ਆ ਡਿਸਕ੍ਰਾਈਬ ਹੋ ਜਾਏ ਔਰ ਸਮ ਟਾਈਮਸ ਨਰੇਸ਼ਨਸ ਵੀ ਉਸ ਵਿੱਚ ਕੀਤਾ ਜਾਂਦਾ ਹੈ ਤਾਂ ਉਸ ਨੂੰ ਵੀ ਅੱਛੀ ਤਰੀਕੇ ਨਾਲ ਪ੍ਰੈਜ਼ੈਂਟ ਕਰ ਸਕੇ ਤੋ ਕਾਸਟ ਇਹਦੇ ਵਿੱਚ ਮੈਟਰ ਨਹੀਂ ਕਰਦੀ ਹੈਗੀ ਕਾਸਟ ਬਹੁਤ ਲੋ ਹੋ ਜਾਂਦੀ ਹੈ ਕਿਉਂਕਿ ਬਹੁਤ ਇੱਕ ਵੱਡੀ ਗੈਦਰਿੰਗ ਨੂੰ ਨਾ ਵਨ ਪਰਸਨ ਲੈਕਚਰ ਦੇ ਸਕਦਾ ਆ ਕੁਕ ਐਂਡ ਸਟ੍ਰੇਟ ਫਾਰਵਰਡ ਵੇ ਇਹਦੇ ਵਿੱਚ ਸਟ੍ਰੇਟ ਫਾਰਵਰਡ ਵੇ ਚੱਲਦੀ ਹੈ ਉਸੇ ਵੇਲੇ ਕੁਐਸਚਨ ਪੁੱਛੇ ਜਾਂਦੇ ਆ ਐਂਡ ਉਸੇ ਵੇਲੇ ਫਾਰਵਰਡ ਆਨਸਰ ਦੇ ਦਿੱਤੇ ਜਾਂਦੇ ਆ ਆਰ ਇਸ ਦੇ ਅੰਦਰ ਲੈਕਚਰ ਮੈਥਡ ਦੇ ਅੰਦਰ ਬਹੁਤ ਘੱਟ ਡਿਸਕਸ਼ਨ ਮੈਥਡ ਰੱਖਿਆ ਜਾਂਦਾ ਡਿਸਕਸ਼ਨ ਪੋਰਸ਼ਨ ਬਹੁਤ ਘੱਟ ਰੱਖਿਆ ਜਾਂਦਾ ਕਿਉਂਕਿ whenever लेक्चर ਜਦੋਂ ਕੋਈ ਰਿਸੋਰਸ ਪਰਸਨ ਦੇ ਰਿਹਾ ਹੈ ਤਾਂ ਉਸ ਨੂੰ ਅਸੀਂ ਬ੍ਰੇਕ ਕਰਨ ਦਾ ਨਹੀਂ ਸੋਚਦੇ ਹੈਗੇ ਕਿਉਂਕਿ ਉਹਨਾਂ ਦੀ ਜੋ ਨੌਲੇਜ ਹੈ ਸੇ ਸਾਰੀ ਹੀ ਗੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਕਰਕੇ ਉਹਨੂੰ ਰਿਸੋਰਸ ਪਰਸਨ ਨੂੰ ਅਸੀਂ ਬਹੁਤ ਘੱਟ ਬ੍ਰੇਕ ਕਰਦੇ ਹਾਂ whenever they give chances ਜਦੋਂ ਸਾਨੂੰ ਚਾਂਸ ਦਿੰਦੇ ਆ ਕਿ ਤੁਸੀਂ ਮੈਨੂੰ ਆਪਣੇ ਕੁਐਸਚਨਸ ਜਾਂ ਕੁਐਰੀਜ਼ ਪੁੱਛ ਸਕਦੇ ਹੋ ਫਿਰ ਅਸੀਂ ਜ਼ਰੂਰ ਪੁੱਛਦੇ ਹਾਂ ਯੂਸਫੁਲ ਮੈਥਡ ਫਾਇਦਾ ਆਡੀਟਰੀ ਲਰਨਰਸ जो लर्नर्स प्रेजेंटेड ਨਹੀਂ ਹੈਗੇ اڈિટરી ವೇ ਤੇ ਬਹੁਤ ਅੱਛੇ ਹੈਗੇ ਆ ਔਨ ਦੀ اڈਿਟਰੀ ਲੈਂਗੁਏਜ ਇਟ ਮੀਨਸ ਕਿ ਔਨ ਦੀ ਵੋਕੈਬਲਰੀ ਤੇ ਬਹੁਤ ਜ਼ਿਆਦਾ ਕਮਾਂਡ ਹੈ ਉਹਨਾਂ ਲਈ ਮੈਥਡ ਬਹੁਤ ਹਿਊਸਫਲ ਹੈ ਕਿਉਂਕਿ ਇਸ ਦੇ ਵਿੱਚ ਮੈਕਸਿਮਮ ਵਰਡਸ ਐਂਡ ਅ ਵੈਰਾਈਟੀ ਆਫ ਦਾ ਵਰਡਸ ਯੂਜ਼ ਕੀਤੇ ਜਾਂਦੇ ਆ ਐਂਡ ਵੇਟੇਜ ਉਹ ਵਾਲੇ ਵਰਡਸ ਜਿਆਦਾ ਇਫੈਕਟਿਵ ਕਰਦੇ ਆ ਕੋਈ ਐਂਕਰਸ ਸਾਰੇ ਨਹੀਂ ਬਣ ਪਾਉਂਦੇ ਬਟ ਐਂਕਰਸ ਜਿਹੜੇ ਬੰਦਿਓ ਉਹਨਾਂ ਦੇ ਵਰਡਸ ਦੇ ਵਿੱਚ ਬੜਾ ਹੀ ਡਿਫਰੈਂਟ ਹੁੰਦੇ ਆ ਕਿਉਂਕਿ ਆਡੀਟਰੀ ਲਰਨਰ ਹੁੰਦੇ ਆ ਈਜ਼ੀਅਰ ਟੂ ਕ੍ਰੀਏਟ ਇਸ ਨੂੰ ਬਣਾਉਣਾ ਬੜਾ ਈਜ਼ੀ ਹੈ ਜਸਟ ਤੁਸੀਂ ਇਸ ਦੇ ਲਈ ਆਪਣਾ ਕੰਟੈਂਟ ਮਟੀਰੀਅਲ ਆਰਗੇਨਾਈਜ਼ ਕਰਨਾ ਹੈ ਔਰ ਪਲਾਨ ਕਰਨਾ ਔਰ ਇਸ ਨੂੰ ਪ੍ਰੈਜੈਂਟ ਕਰ ਜਾਣਾ ਫੀਮੇਲੀਅਰ ਮੈਥਡ ਇਸ ਨਾਲ ਸਾਰੇ ਹੀ ਫੀਮੇਲੀਅਰ ਹਨ ਔਰ ਆਈ ਥਿੰਕ ਕਿਸੇ ਲਈ ਕੋ ਪ੍ਰੋਬਲਮ ਨਹੀਂ ਹੈ ਅਗਰ ਕਿਸੇ ਨੂੰ ਕੋਈ ਟਾਪਿਕ ਤੇ ਬੋਲਣ ਲਈ ਕਿਹਾ ਜਾਵੇ ਤਾਂ ਉਹ इजीली ਬੋਲ ਸਕਦਾ ਹੈ ਟਾਈਮ ਸੇਵਿੰਗ ਉੱਪਰ ਬੋਲ ਹੀ ਦਿੱਤਾ ਹੈ ਕਿ ਲਾਰਜ ਗੈਦਰਿੰਗ ਨੂੰ ਇਹ ਲੈਕਚਰ ਦਿੱਤਾ ਜਾ ਸਕਦਾ ਹੈ ਸੋ ਇਟਸ ਮੀਨਸ ਇੱਕ ਵੱਡੀ ਚੌੜੀ ਆਡੀਅנס ਨੂੰ ਇਹ ਵਨ ਪਰਸਨ ਇਨ ਵਨ ਟਾਈਮ ਉਹ ਪ੍ਰੈਜੈਂਟੇਸ਼ਨ ਦੇ ਕੇ ਟਾਪਿਕ ਨੂੰ ਕਰਵਾ ਸਕਦਾ ਹੈ ਹਰ ਇੱਕ ਚੀਜ਼ ਦਾ ਕੁਝ ਆ ਰਾਈਟ ਪਾਰਟ ਹੁੰਦਾ ਹੈ ਕੁਝ ਡਾਰਕ ਪਾਰਟ ਹੁੰਦਾ ਹੈ ਆ ਬ੍ਰਾਈਟ ਐਂਡ ਡਾਰਕ ਦੇ ਵਿੱਚੋਂ ਇਸ ਦੇ ਵੀ ਕੁਝ ਡਾਰਕ ਪਾਰਟਸ ਹਨ ਲੈਕਚਰ ਮੈਥਡ ਦੇ ਜਿਹਦੇ ਵਿੱਚੋਂ ਪਹਿਲਾਂ ਤਾਂ ਕੰਟੈਂਟ ਸੈਂਟਰਡ ਐਕਚੁਅਲੀ ਇਹਦੇ ਵਿੱਚ ਜੋ ਲਰਨਰ ਹੁੰਦਾ ਆ ਉਹ ਬਿਲਕੁਲ ਪੈਸਿਵ ਹੋ ਜਾਂਦਾ ਆ ਉਸ ਨੂੰ ਅਸੀਂ ਇੰਫੋਰਮ ਇੰਪੋਰਟੈਂਸ ਨਹੀਂ ਦਿੰਦੇ ਹੈਗੇ ਕੰਟੈਂਟ ਜੋ ਦਿੱਤਾ ਜਾ ਰਿਹਾ ਉਸ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਆ ਐਂਡ ਅ ਵਨ ਸਾਈਡਡ ਅਫੇਅਰ ਹੈਗਾ ਆ ਵਨ ਸਾਈਡਡ ਅਫੇਅਰ ਦੈਟ ਇਜ਼ ਅ ਕਲੀਅਰ ਕਿਉਂਕਿ ਆਡੀਅנס ਬਿਲਕੁਲ ਮੂਕ ਹੁੰਦੀ ਆ ਆਡੀਅנס ਬੋਲਦੀ ਨਹੀਂ ਹੈਗੀ ਔਰ ਜੋ ਪਰਸਨ ਵਕਰ ਜੋ ਆਡੀਅנס ਦੇ ਸਾਹਮਣੇ ਸਪੀਕਰ ਹੈ ਉਹ ਲਗਾਤਾਰ ਆਪਣਾ ਟੌਪਿਕ ਨੂੰ ਪ੍ਰੈਜ਼ੈਂਟ ਕਰ ਰਿਹਾ ਹੁੰਦਾ ਹੈ ਨੀਡ ਪ੍ਰੋਫੀਸ਼ੀਐਂਟ ਔਰਲ ਸਕਿੱਲ ਮੈਂ ਪਹਿਲਾਂ ਹੀ ਬੋਲਿਆ ਸੀਗਾ ਕਿ ਆਡੀਟਰੀ ਪਰਸਨਸ ਲਈ ਇਹ ਬਹੁਤ ਬੈਨੀਫੀਸ਼ੀਅਲ ਹੈ ਕਿਉਂਕਿ ਜੋ ਆਡੀਟਰੀ ਸਕਿੱਲਸ ਰੱਖਦੇ ਆ ਜਿਨ੍ਹਾਂ ਨੂੰ ਬਹੁਤ ਸਾਰੀਆਂ ਸਕਿੱਲਸ ਨੂੰ ਪ੍ਰੈਜ਼ੈਂਟ ਕਰਨੀਆਂ ਟ੍ਰਿਕ ਨੀਕ ਸਾਂਦੀਆਂ ਉਹਨਾਂ ਦੇ ਕੋਲ ਐਕਸਪੀਰੀਅੰਸ ਆ ਉਹ ਅੱਛੇ ਤਰੀਕੇ ਨਾਲ ਉਹਨੂੰ ਪ੍ਰੈਜ਼ੈਂਟ ਕਰ ਪਾਉਂਦੇ ਆ ਔਰ ਸਾਹਮਣੇ ਵਾਲੇ ਨੂੰ ਬੋਰ ਜਾਂ ਅਨ ਅਨ ਇੰਟਰਸਟਿਡ ਨਹੀਂ ਹੋਣ ਦਿੰਦੇ ਔਰ ਅੰਡਰਸਟੈਂਡਿੰਗ ਲੈਵਲ ਉਹਨੂੰ ਦਾ ਕਰਵਾ ਦਿੰਦੇ ਆ ਬਟ ਇਸ ਦੇ ਲਈ ਪ੍ਰੋਫੀਸ਼ੀਐਂਟ ਲਰਨਰ ਸਕਿਲਸ ਜ਼ਰੂਰ ਚਾਹੀਦਾ ਹੈ ਸਕਿਲਸ ਲਰਨਿੰਗ ਜ਼ਰੂਰ ਚਾਹੀਦੀ ਹੈ ਪੈਸਿਵ ਆਡੀਅੰਸ दैट इज क्लियर ਕਿਉਂਕਿ ਵਨ ਸਾਈਡਿਡ ਹੈ ਤੋਂ ਆਡੀਅੰਸ ਨੂੰ ਕੋਈ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਆਡੀਅנס ਤੋਂ ਕੁਐਸਚਨ ਜ਼ਰੂਰ ਪੁੱਛੇ ਜਾਂਦੇ ਆ ਥੈਟ ਇਜ਼ ਅ ਡਿਫਰੈਂਟ ਪਾਰਟ ਹੈ ਉਹ ਸਾਡੇ ਡਿਸਕਸ਼ਨ ਮੈਥਡ ਦੇ ਵਿੱਚ ਆ ਜਾਂਦਾ ਹੈ ਬਟ ਲੈਕਚਰ ਮੈਥਡ ਦੇ ਵਿੱਚ ਆਡੀਅנס ਬਿਲਕੁਲ ਪੈਸਿਵ ਹੁੰਦੀ ਹੈ ਮਿਨੀਮਾਈਜ਼ ਅ ਫੀਡਬੈਕ ਫਰਮ ਦਾ ਸਟੂਡੈਂਟਸ ਅਗਰ ਅਸੀਂ ਆਡੀਅנס ਨੂੰ ਇੰਪੋਰਟੈਂਸ ਹੀ ਨਹੀਂ ਦੇ ਰਹੇ ਓਨਲੀ ਅਸੀਂ ਪ੍ਰੈਜ਼ੈਂਟੇਸ਼ਨਸ ਦੇ ਰਹੇ ਆਪਣੇ ਲੈਕਚਰ ਦੀ ਤਾਂ ਉਸ ਦੇ ਵਿੱਚ ਸਾਡੀ ਜੋ ਆਡੀਅנס ਹੈ ਉਹ ਸਾਨੂੰ ਫੀਡਬੈਕ ਨਹੀਂ ਦੇ ਪਾਏਗੀ ਅਗਰ ਫੀਡਬੈਕ ਨਹੀਂ ਹੋਏਗੀ ਤਾਂ ਉਸ ਵਿੱਚ ਇੰਪਰੂਵਮੈਂਟ ਨਹੀਂ ਹੋਏਗੀ ਕਿਉਂਕਿ ਫੀਡਬੈਕ ਹੀ ਇੱਕ ਐਸਾ ਤਰੀਕਾ ਹੈ ਜੋ ਤੁਹਾਡੇ ਲੈਕਚਰ ਨੂੰ ਤੁਹਾਡੇ ਟੌਪਿਕ ਨੂੰ ਤੁਹਾਡੇ ਕੰਟੈਂਟ ਮੈਂਟਰ ਨੂੰ ਹਾਈ ਐਕਸਟੈਂਟ ਤੱਕ ਲੈ ਕੇ ਜਾ ਸਕਦਾ ਹੈ ਤਾਂ ਇਟਸ ਨੈਸੈਸਰੀ ਹੈ ਕਿ ਫੀਡਬੈਕ ਹੋਣੀ ਚਾਹੀਦੀ ਬਟ ਇਹਦਾ ਇਹ ਪਾਰਟ ਨਹੀਂ ਹੈ ਫੀਡਬੈਕ ਇਸ ਕਰਕੇ ਇਹਦੇ ਵਿੱਚ ਫੀਡਬੈਕ ਬਹੁਤ ਘੱਟ ਹੁੰਦੀ ਹੈ ਨੋ ਪਲੇਸ ਫਾਰ ਐਨੀ ਪ੍ਰੈਕਟੀਕਲ ਐਕਟੀਵਿਟੀ ਇਹਦੇ ਵਿੱਚ ਪ੍ਰੈਕਟੀਕਲ ਐਕਟੀਵਿਟੀਆਂ ਦਾ ਕੋਈ ਜਗ੍ਹਾ ਨਹੀਂ ਹੈਗੀ ऑब्జర్వేਸ਼ਨ ਐਕਸਪੈਰੀਮੈਂਟੇਸ਼ਨਸ ਐਂਡ ਡੈਮੋਸਟ੍ਰੇਸ਼ਨ ਇਹਦੇ ਵਿੱਚ ਸਿਰਫ ਤੁਸੀਂ ऑब्జర్వేਸ਼ਨ ਕਰਦੇ ਹੋ ਐਕਸਪੈਰੀਮੈਂਟ ਕੀਤੇ ਜਾਂਦੇ ਜਾਂ ਤੁਹਾਨੂੰ ਡੈਮੋਸਟ੍ਰੇਸ਼ਨ ਦਿੱਤੀ ਜਾਂਦੀ ਹੈ ਫੇਲਰ ਵਿਦ ਦਾ ਸਟੂਡੈਂਟਸ ਆਫ ਦਾ ਲੋਅਰ ਕਲਾਸ ਹਾਂ ਇਹ ਜ਼ਰੂਰ ਹੈ ਕਿ ਅਸੀਂ ਹਾਇਰ ਕਲਾਸਸ ਦੇ ਸਟੂਡੈਂਟਸ 9th 10th ਤੋਂ ਉੱਪਰ ਦੇ ਕਲਾਸਸ ਦੇ ਸਟੂਡੈਂਟਸ ਨੂੰ ਅਸੀਂ ਡਿਸਕਸ਼ਨ ਮੈਥਡ ਨਾਲ ਪੜਾ ਸਕਦੇ ਆ ਬਟ ਛੋਟੇ ਬੱਚਿਆਂ ਨੂੰ ਅਸੀਂ ਲੈਕਚਰ ਮੈਥਡ ਨਾਲ ਨਹੀਂ ਕਰਵਾ ਸਕਦੇ ਕਿਉਂਕਿ ਛੋਟੇ ਬੱਚਿਆਂ ਨੂੰ ਜਿਆਦਾ ਐਕਸਪਲੇਨ ਕਰਨਾ ਪੈਂਦਾ ਹੈ ਉਹਨਾਂ ਨੂੰ ਜਿਆਦਾ ਇਸ ਚੀਜ਼ ਬਾਰੇ ਦੱਸਣਾ ਪੈਂਦਾ ਉਹਨਾਂ ਨੂੰ ਸਮਝਾਉਣਾ ਪੈਂਦਾ ਹੈ ਇਸ ਲਈ ਇਹ ਉਹਨਾਂ ਤੇ ਐਪਲੀਕੇਬਲ ਨਹੀਂ ਹੈਗਾ ਤੁਸੀਂ ਆਪਣਾ ਲੈਕਚਰ ਮੈਥਡ ਇੰਪਰੂਵ ਕਰ ਸਕਦੇ ਹੋ ਹਾਊ ਟੂ ਇੰਪਰੂਵ ਲੈਕਚਰ ਮੈਥਡ ਸੌਰੀ ਲੈਕਚਰ ਮੈਥਡ ਇੰਪਰੂਵ ਕਰਨ ਦੇ ਕੁਝ ਤਰੀਕੇ ਨੇ ਫਿਟ ਦਾ ਲੈਕਚਰ ਟੂ ਦਾ ਆਡੀਅנס ਜਿਹੜਾ ਤੁਸੀਂ ਲੈਕਚਰ ਬਣਾ ਰਹੇ ਹੋ ਉਹ ਤੁਹਾਡੀ ਆਡੀਅנס ਲਈ ਬਿਲਕੁਲ ਫਿੱਟ ਹੋਣਾ ਚਾਹੀਦਾ ਇਟਸ ਮੀਨਸ ਤੁਸੀਂ ਜਦੋਂ ਆਪਣਾ ਲੈਕਚਰ ਬਣਾ ਰਹੇ ਹੋ ਤਾਂ ਆਪਣੀ ਆਡੀਅנס ਨੂੰ ਧਿਆਨ ਵਿੱਚ ਰੱਖ ਕੇ ਬਣਾਓ ਫੋਕਸ ਯਰ ਟਾਪਿਕ ਯਰ ਟਾਪਿਕ ਤੁਸੀਂ ਕਰਵਾ ਰਹੇ ਹੋ ਸਾਰਿਆਂ ਲਈ ਹੀ ਜ਼ਰੂਰੀ ਹੋਵੇ ਇੰਪੋਰਟੈਂਟ ਹੋਵੇ ਨੈਸੈਸਰੀ ਹੋਵੇ ਐਂਡ ਪ੍ਰਪੇਅਰ ਐਨ ਆਊਟਲਾਈਨ दैट ਇਨਕਲੂਡ ਅ 5 9 ਮੈਜ਼ਰ ਪੁਆਇੰਟਸ ਯੂ ਵਾਂਟ ਟੂ ਕਵਰ ਇਨ ਵਨ ਲੈਕਚਰ ਕੁਝ ਇਸ ਤਰ੍ਹਾਂ ਦੇ 5 ਤੋਂ 9 ਮੇਜਰ ਟਾਪਿਕਸ ਜਾਂ ਪੁਆਇੰਟਸ ਹੋਣੇ ਚਾਹੀਦੇ ਆ ਹਾਈਲਾਈਟਸ ਇਟਸ ਮੀਨਸ ਹਾਈਲਾਈਟਰ ਤੁਹਾਡੇ ਲੈਕਚਰ ਦੀਆਂ ਕੁਝ ਹਾਈਲਾਈਟਸ ਹੋਣੀਆਂ ਚਾਹੀਦੀਆਂ ਜਿਹਨੂੰ ਤੁਸੀਂ ਲੈਕਚਰ ਵਿੱਚ ਕਵਰ ਕਰਨਾ ਹੈ ਔਰ ਉਸ ਨੂੰ ਬਣਾ ਕੇ ਕਿਸ ਤਰ੍ਹਾਂ ਕਵਰ ਕਰਨਾ ਹੈ ਉਹ ਇੱਕ ਪੁਆਇੰਟ ਟੂ ਪੁਆਇੰਟ ਆਊਟਲਾਈਨ ਉਸ ਦੀ ਬਣਾਈ ਜਾਣੀ ਚਾਹੀਦੀ ਹੈ ਆਰਗੇਨਾਈਜ਼ ਯਰ ਦਾ ਪੁਆਇੰਟ ਫॉर ਕਲੈਰਿਟੀ ਆਪਣੇ ਪੁਆਇੰਟਸ ਨੂੰ ਕਲੀਅਰ ਕਰਨ ਦੇ ਲਈ ਖੁਦ ਉਸ ਲਈ ਪੁਆਇੰਟਸ ਬਣਾਓ ਕਿ ਉਹਨੂੰ ਤੁਸੀਂ ਕਿਦਾਂ ਕਲੈਰੀਫਾਈ ਕਰੋਗੇ ਰਿਪੀਟ ਪੁਆਇੰਟ ਵੈਨ ਨੈਸੈਸਰੀ ਅਗਰ ਜ਼ਰੂਰਤ ਪਵੇ ਤਾਂ ਉਸ ਪੁਆਇੰਟ ਨੂੰ ਨੈਸੈਸਰੀ ਹੈ ਉਸ ਦੀ ਜ਼ਰੂਰਤ ਪੈ ਗਈ ਹੈ ਇੱਕ ਵਾਰੀ ਚੀਜ਼ ਨਹੀਂ ਸਮਝ ਆਈ ਇੱਕ ਵਾਰੀ ਤੁਹਾਨੂੰ ਲੱਗ ਰਿਹਾ ਕਿਉਂਕਿ ਜਦੋਂ ਅਸੀਂ ਕਰਵਾ ਰਹੇ ਹਾਂ ਸਾਨੂੰ ਤੁਹਾਡੇ ਫੇਸ ਐਕਸਪ੍ਰੈਸ਼ਨ ਤੋਂ ਪਤਾ ਲੱਗ ਜਾਂਦਾ ਤੁਹਾਨੂੰ ਸਮਝ ਲੱਗਦਾ ਕਿ ਨਹੀਂ ਲੱਗਦਾ ਤਾਂ ਉਸ ਨੂੰ ਸਿਰ ਰਿਪੀਟ ਕਰ ਸਕਦੇ ਹਾਂ ਬੀ ਅਵੇਅਰ ਆਫ ਯਰ ਆਡੀਅנס ਨੋਟਿਸ देयर द ਫੀਡਬੈਕ ਆ ਇਸ ਧਿਆਨ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ कि ऑडियंस ਤੁਹਾਨੂੰ ਕਿਸ ਤਰ੍ਹਾਂ ਦਾ ਫੀਡਬੈਕ ਦਿੰਦੀ ਆ ਬੀ ਇਨਟੂ ਐਸਥੈਟਿਕ ਪੈਸ਼ਨੇਟਲੀ ਕਰਵਾਉਣਾ ਚਾਹੀਦਾ ਹੈ ਔਰ ਪੈਸ਼ਨੇਟਲੀ ਉਸ ਨੂੰ ਤੁਸੀਂ ਕਰਵਾ ਸਕਦੇ ਹੋ ਇੱਕ ਗੁੱਡ ਲੈਕਚਰ ਗੁੱਡ ਲੈਕਚਰ ਦੇ ਲਈ ਕੀ ਜ਼ਰੂਰੀ ਹੈ ਮੈਨੇਜ ਲੈਕਚਰ ਇਨ ਟਾਈਮ ਆਪਣਾ ਲੈਕਚਰ ਜੋ ਟਾਈਮ ਦਿੱਤਾ ਹੈ ਉਸ ਦੇ ਵਿੱਚ ਹੀ ਖਤਮ ਕਰਨਾ ਅਵੋਇਡ ਅਨੋਇੰਗ ਦਾ ਮੈਨਰੀਜ਼ਮ ਮੈਨਰੀਜ਼ਮ ਨੂੰ ਅਵੋਇਡ ਕਰੋ ਟੇਲਰਸ ਸਪੀਚ ਐਂਡ ਰਾਈਟਿੰਗ ਉਨ 스피치 ਨੂੰ ਪਹਿਲਾਂ ਹੀ ਔਰ ਆਪਣੀ ਰਾਈਟਿੰਗ ਨੂੰ ਪਹਿਲਾਂ ਹੀ ਪ੍ਰੋਪਰ ਵੇ ਨਾਲ ਰੈਡੀ ਕਰ ਲੋ ਪ੍ਰੋਪਰ ਯੂਜ਼ ਆਫ ਬਾਡੀ ਲੈਂਗੁਏਜ ਤੁਹਾਡਾ ਗੈਸਚਰ ਬਹੁਤ ਜ਼ਰੂਰੀ ਆ ਤੁਹਾਡੀ ਅਪੀਅਰੈਂਸ ਬਹੁਤ ਜ਼ਰੂਰੀ ਆ ਤੁਹਾਡੀ ਪ੍ਰੈਜੈਂਟੇਸ਼ਨ ਬਹੁਤ ਜ਼ਰੂਰੀ ਆ ਟਾਪਿਕ ਬੇਸਡ ਔਨ ਦ ਨੀਡ ਐਂਡ ਇੰਟਰਸਟ ਟਾਪਿਕ ਉਹ ਹੀ ਚੱਕੋ ਜੋ ਤੁਹਾਡੀ ਆਡੀਅנס ਦੀ ਨੀਡ ਦਾ ਹੋਵੇ ਔਰਾਂ ਦੇ ਇੰਟਰਸਟ ਦਾ ਹੋਵੇ ਕਲੈਰੀਫਾਈ ਕਨਸੈਪਟਸ ਵਿਦ ਐਗਜ਼ਾਮਪਲ ਔਰ ਲੈਕਚਰ ਮੈਥਡ ਵਾਲੇ ਬਹੁਤ ਸਾਰੀਆਂ ਸਟੋਰੀਜ਼ ਐਂਡ ਆਪਣੀਆਂ ਐਗਜ਼ਾਮਪਲ ਦਿੰਦੇ ਆ ਆਪਣੇ ਟਾਪਿਕ ਨੂੰ ਕਲੀਅਰ ਕਰਨ ਦੇ ਲਈ ਲੈਕਚਰ ਵਿਦ ਰਿਸਪੈਕਟਿਵਲੀ ਆਫ ਦਾ ਸਟੂਡੈਂਟਸ ਉਹਨਾਂ ਹੀ ਸਟੂਡੈਂਟਸ ਨਾਲ ਕੀਤਾ ਜਾਵੇ ਜਿਨ੍ਹਾਂ ਨੂੰ ਉਹਦੀ ਲੋੜ ਹੈ ਬਾਕੀ ਅਸੀਂ ਟਾਪਿਕ ਉਸੇ ਨਹੀਂ ਸੌਰੀ ਟਾਪਿਕ ਉਸੇ ਉਸੇ ਨੂੰ ਹੀ ਦਿੰਨੇ ਆ ਉਸ ਨੂੰ ਲੈਕਚਰ ਦੇਣੀਆਂ ਜਿਸ ਨੂੰ ਉਸਦੀ ਨੀਡ ਹੈ ਜਾਂ ਜਿਸ ਦੇ ਲਈ ਉਹ ਬੈਨੀਫੀਸ਼ੀਅਲ ਹੈ ਨੈਕਸਟ ਅਗੇ ਡਿਸਕਸ਼ਨ ਮੈਥਡ ਉਹ ਨੈਕਸਟ ਟਾਪਿਕ ਮੈਂ ਜਲਦੀ ਸ਼ੇਅਰ ਕਰ ਦਾਂਗੀ